ਆ ਜਿਹੜੇ ਬਾਹਰਲੇ ਕਹਿੰਦੇ ਜੀ ਅਸੀਂ ਕਰ ਦਿੰਨੇ ਆ ਬਾਹਰਲੇ ਕਹਿਣ ਤੋਂ ਬਾਅਦ ਪੰਜਾਬ ਸਰਕਾਰ ਕਰ ਦਿੰਦੀ ਆ ਅਸੀਂ ਹੁਣ ਸਰਕਾਰਾਂ ਦੇ ਮੰਗਤੇ ਨਹੀਂ ਸਾਡੇ ਗੁਰੂ ਦਰ ਦੇ ਉੱਤੇ ਅਰਦਾਸ ਇੱਕ ਗੁਰੂ ਕੇ ਕਰ ਦਿੰਦੇ ਆ ਤੇ ਕਰੋਨਾ ਰੁਪਏ ਲੋਕ ਜਿਹੜੇ ਆ ਉਹ ਇਦਾਂ ਦੇ ਕਾਰਜਾਂ ਲਈ ਆਪਣਾ ਯੋਗਦਾਨ ਪਾ ਜਾਂਦੇ ਆ ਸੋ ਇਸ ਕਰਕੇ ਇਹ ਜਿਹੜਾ 2023 ਦੇ ਵਿੱਚ ਜਿਹੜਾ ਸਾਡਾ ਇਹ ਖਤਮ ਹੋ ਜਾਣਾ ਜੁਲਾਈ ਦੇ ਵਿੱਚ ਤੇ ਮੈਂ ਅਗਾ ਹੁਣ ਸਾਰਿਆਂ ਨੂੰ ਕਹਿਣਾ ਚਾਹਣਾ ਅਸੀਂ ਓਪਨ ਟੈਂਡਰ ਦੇਵਾਂਗੇ ਅਖਬਾਰ ਦੇ ਵਿੱਚ ਜੇ ਦੀ ਵੀ ਰੂ ਕਰਦੀ ਆ ਜਿਹਦੇ ਚ ਵੀ ਜਫਾ ਸ਼ਕਤੀ ਆ ਪਰ ਸ਼ਰਤ ਹੋਊਗੀ ਕਿ ਬਾਲਡ ਵਾਈਡ ਉਹ ਹਰ ਇੱਕ ਦੁਨੀਆ ਦੇ ਕੋਨੇ-ਕੋਨੇ ਵਿੱਚ ਉਹ ਟੈਲੀਕਾਸਟ ਕਰੇ ਉਹਦੀਆਂ ਸ਼ਰਤਾਂ ਜਿਹੜੀਆਂ ਮੈਂ ਸਬ ਕਮੇਟੀ ਬਣਾਤੀ ਆ ਉਹ 5 ਮਿੰਟ ਮੇਰੀ ਸਬ ਕਮੇਟੀ ਜਿਹੜੀ ਉਹ ਬੈਠ ਕੇ ਉਹਦੀਆਂ ਸਾਰੀਆਂ ਸ਼ਰਤਾਂ ਤੈਅ ਕਰ ਲੋਗੀ ਓਪਨ ਟੈਂਡਰ ਹੋਊਗਾ ਫਿਰ ਇਹ ਜਿਹੜਾ ਰੋਜ਼ ਕਹਿੰਦੇ ਪਏ ਜੀ ਪੀਟੀਸੀ ਨੂੰ ਐਕਸਕਲੂਸਿਵ ਰਾਈਟ ਇਹ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਨਾ ਐਕਸਕਲੂਸਿਵ ਰਾਈਟ ਹੁੰਦੇ ਕੀ ਆ ਐਕਸਕਲੂਸਿਵ ਰਾਈਟ ਆ ਕਿ ਇੱਕ ਮਨੁੱਖ ਨੇ ਐਗਰੀਮੈਂਟ ਕਰ ਲਿਆ ਉਹਨੇ ਹੁਣ ਗਾਹਾਂ ਲਿੰਕ ਦੇਣੇ ਆ ਜੇ 50 ਟੈਲੀਵਿਜ਼ਨਾਂ ਨੂੰ ਅਸੀਂ ਲੋਅ ਕਰ ਲਈ ਤੇ ਮੇਰੇ ਕੋਲ ਸੱਚਖੰਡ ਜਿੱਦਾ ਕੋਈ ਮਤਾ ਨਹੀਂ ਦੇਖ ਸਕੂਗਾ ਸਾਰੇ ਇੰਨੇ ਕੈਮਰੇ ਹੋ ਜਾਣਗੇ ਉਹ ਲਿੰਕ ਦਿੰਦੇ ਆ ਅਸੀਂ ਪਿੱਛੇ ਲਿੰਕ ਦਿੱਤੇ ਵੀ ਆ ਆ ਮੈਂ ਹੁਣ ਤੁਹਾਡੇ ਮੋਰੇ ਫੋਟੋ ਨਹੀਂ ਕਢਣੀਆਂ ਚਾਹੁੰਦਾ ਕਿ ਉਹ ਲਿੰਕ ਦੇ ਵਿੱਚ ਜਿਲੇ ਵਿੱਚ ਬੱਬੇ ਬ੍ਰੇਕ ਪਾਉਂਦੇ ਆ ਤੇ ਕਿਹੜੀ ਐਡ ਚਲਾਉਂਦੇ ਆ ਤੇ ਮੈਨੂੰ ਫੇਰ ਟੈਲੀਫੋਨ ਆਉਂਦੇ ਆ ਪੇ ਹੁਣ ਗਰਵਾਣੀ ਦਾ ਇਹ ਹਾਲ ਹੋਊਗਾ ਇਹਨਾਂ ਨੂੰ ਮੈਂ ਪੁੱਛਣਾ ਚਾਹਣਾ ਕਿ ਐਕਸਕਲੂਸਿਵ ਰਾਈਟ ਉਹਦਾ ਦੇ ਕਿਉਂਕਿ ਐਗਰੀਮੈਂਟ ਮੁਤਾਬਕ ਆ ਤੇ ਜੇ ਵੀ ਟੈਲੀਵਿਜ਼ਨਾਂ ਪਜਾਹਾਂ ਨੇ ਚਲਾਉਣਾ ਉਹਦੇ ਕੋਲੋਂ ਗਾਹਾਂ ਲਿੰਕ ਲੈ ਲੈਣ ਤੇ ਜੇ ਲਿੰਕ ਲੈ ਕੇ ਵਿੱਚ ਫਿਰ ਗੰਦੀਆਂ ਐਡਾਂ ਚਲਾਉਣੀਆਂ ਹੋਰ ਪ੍ਰਦਰਸ਼ਨ ਕਰਨ ਉਹ ਸੋਭਾ ਨਹੀਂ ਦਿੰਦਾ ਸੋ ਇੱਕੋ ਹੀ ਗੱਲ ਇੱਕੋ ਗੱਲ ਬਾਰ ਬਾਰ ਮੈਂ ਟਵਿਟਰਾਂ 'ਚ ਨਹੀਂ ਪੈਣਾ ਚਾਹੁੰਦਾ ਜੋ ਸਾਚਿਆ ਤੁਹਾਡੇ ਸਾਹਮਣੇ ਰੱਖ ਦਿੱਤਾ ਆ ਤੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਨਾ ਕਦੇ ਤਾਂ ਕਹਿੰਦੇ ਜੀ ਗੋਲਕਾਂ ਦੇ ਵਿੱਚ ਪੈਸੇ ਪਾਉਣੇ ਬੰਦ ਕਰ ਦਿਓ ਕਦੇ ਕਹਿੰਦੇ ਆ ਜੀ ਇਹ ਤੋਤੇ ਆ ਤੇ ਮੈਂ ਪੁੱਛਣਾ ਚਾਹੁੰਨਾ ਮਾਨ ਸਾਹਿਬ ਤੁਸੀਂ ਦਿੱਲੀ ਵਾਲੇ ਦੇ ਤੋਤੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਆ ਕੌਮ ਦੀ ਵੱਡੀ ਇਹਦਾ ਸਾਰਾ ਜਿਹੜਾ ਕਾਰਜ ਆ ਇੱਕ ਨਿਯਮ ਅਨੁਸਾਰ ਹੁੰਦਾ ਔਰ ਇਹ ਨਿਯਮ ਬਿਲਕੁਲ ਉਹਨਾਂ ਦੇ ਉੱਤੇ ਪਹਿਰਾ ਦਿੱਤਾ ਜਾ ਰਿਹਾ ਤੇ ਆਪਾਂ ਜਿਹੇਲੇ ਬੋਲਣ ਲੱਗਦੇ ਆ ਉਸ ਲੇ ਕੋ ਇਹੋ ਜਿਹੇ ਅਖਰ ਬੋਲ ਜਾਂਨੇ ਹੁਣ ਮੈਂ ਪੁੱਛਣਾ ਚਾਹਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉਹ ਸ਼੍ਰੋਮਣੀ ਕਾਲੀਦਲ ਦਾ ਵੀ ਸਿਪਾਹੀ ਆ ਸ਼੍ਰੋਮਣੀ ਕਾਲੀਦਲ ਦਾ ਵੀ ਮੈਂਬਰ ਆ ਅੱਜ ਤੱਕ ਇਹ ਸਾਡਾ ਰਿਕਾਰਡ ਰਿਹਾ ਮੈਂ ਪਿਛਲਾ ਪਿਛੋਕੜ ਦੇਖਦਾ ਸੀ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਫਿਰ ਉਹ ਦੋਹਾਂ ਧਿਰਾਂ ਦੇ ਪ੍ਰਧਾਨ ਰਹੇ ਆ ਤੇ ਮੋਹਨ ਸਿੰਘ ਨਾਗੋ ਕੇ ਅਕਾਲੀ ਦਲ ਦੇ ਵੀ ਪ੍ਰਧਾਨ ਰਹੇ ਤੇ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਆ ਸਰਦਾਰ ਮੋਹਨ ਸਿੰਘ ਤੋੜਵੀ ਕਿਸੇ ਵੇਲੇ ਅਕਾਲੀ ਦਲ ਦੇ ਵੀ ਪ੍ਰਧਾਨ ਰਹੇ ਤੇ ਉਹ ਆਪਣੇ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਅਸੀਂ ਹੁਣ ਦਿੱਲੀ ਵਾਲਿਆਂ ਨੂੰ ਜਾਂ ਤੁਹਾਨੂੰ ਪੁੱਛ ਕੇ ਸਿਆਸਤ ਨਹੀਂ ਕਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਪ੍ਰਧਾਨ ਜਿਹੜਿਆਂ ਪ੍ਰਧਾਨਾਂ ਨੇ ਅਕਾਲੀ ਦਲ ਦੇ ਵਿੱਚ ਆਪਣਾ ਬੜਾ ਯੋਗਦਾਨ ਪਾਇਆ ਜਿਨ੍ਹਾਂ ਦੇ ਵਿੱਚ ਹੁਣ ਸਾਡੇ ਮੌਜੂਦਾ ਪੰਥਰ ਰਤਨ ਜਹੇਦਾਰ ਗੁਰਚਰਨ ਸਿੰਘ ਜੀ ਟੌੜਾ ਜਿਹੜੇ ਸਟੇਜ ਤੇ ਬੋਲਦੇ ਸੀ ਸੈਂਟਰ ਤੱਕ ਅੰਦਾ ਖੜਕਦਿਆਂ ਸੀ ਤੇ ਇਹ ਤੁਸੀਂ ਕਿਹੜੀਆਂ ਪਿਰਤਾਂ ਦੇ ਕੇ ਸਾਨੂੰ ਹੁਣ ਸਮਝਾ ਰਹੇ ਆ ਅਸੀਂ ਹੁਣ ਸਿਧਾਂਤ ਤੁਹਾਡੇ ਕੋਲੋਂ ਸਮਝਣੇ ਆ ਮੈਂ ਕੌੜਾ ਬੋਲ ਨਹੀਂ ਬੋਲਣਾ ਚਾਹੁੰਦਾ ਪਰ ਦੁੱਖ ਅੰਦਰ ਮਹਿਸੂਸ ਹੁੰਦਾ ਕਿ ਕੱਚੀ ਗੱਲ ਨੂੰ ਪੱਕੀ ਕਰਕੇ ਲੋਕ ਨਹੀਂ ਲੋਕ ਮਹਿਸੂਸ ਕਰਦੇ ਆ ਪਰ ਤੁਹਾਡਾ ਅੱਜ ਯਤਨ ਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘੇਰੂ ਘੇਰੂ ਕਰੀਏ ਇਹ ਗੱਲ ਬਿਲਕੁਲ ਠੀਕ ਨਹੀਂ ਆਪਣੀ ਲਿਮਿਟੇਸ਼ਨ ਦੇ ਵਿੱਚ ਰਹਿ ਕੇ ਗੱਲ ਕਰਿਆ ਕਰੋ ਬੋਲੀ ਸਚੱਜੀ ਬੋਲਣੀ ਚਾਹੀਦੀ ਆ ਇਹ ਕੋਈ ਨਾਟਕਕਾਰਾਂ ਦੀ ਸਟੇਜ ਨਹੀਂ ਪੇ ਜੋ ਮਰਜ਼ੀ ਬੋਲੀ ਜਾਈਏ ਪੰਜਾਬ ਦਾ ਮੁੱਖ ਮੰਤਰੀ ਬੋਲਦਾ ਉਹਦੇ ਬੋਲਾਂ ਦਾ ਇੱਕ ਮੁੱਲ ਹੁੰਦਾ ਲੋਕ ਦੇਖਦੇ ਆ ਪੇ ਮੁੱਖ ਮੰਤਰੀ ਦੀ ਕੈਪੇਬਿਲਿਟੀ ਕਿੰਨੀ ਆ ਸੋ ਮੈਂ ਕਹੋ ਤੁਹਾਨੂੰ ਸੁਝਾਅ ਨਹੀਂ ਦੇਣਾ ਚਾਹੁੰਦਾ ਕਿਉਂਕਿ ਫੇ ਕਹੋਗੇ ਮੈਨੂੰ ਸੁਝਾਅ ਲਾਪਿਆ ਦੇਣ ਪਰ ਮੈਂ ਇਹ ਤੁਹਾਨੂੰ ਕਹਿਣਾ ਚਾਹਣਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿਹੜਾ ਪੀਟੀਸੀ ਪੀਟੀਸੀ ਰੋਜ਼ ਤੁਸੀਂ ਰੌਲਾ ਜੋੜਨਾ ਪਾ ਰਹੇ ਕਈ ਵਾਰ ਦੇ ਭਰਾ ਵੀ ਪਾ ਰਹੇ ਆ ਇਹ ਨਿਜਮਾ ਅਨਸਾਰ ਹੋਇਆ ਆ ਤੇ ਆਪਣੇ ਜਿਹੜੇ ਵੀ ਚਾਹਣਗੇ ਬਈ ਐਕਸਕਲੂਸਿਵ ਰਾਈਟ ਉਹਨਾਂ ਦੇ ਵੀ ਐਕਸਕਲੂਸਿਵ ਰਾਈਟ ਜਿਹੜਾ ਵੀ ਲਊਗਾ ਫੇਰ ਕੱਲ ਉਹਨਾਂ ਨੂੰ ਵੀ ਕਹਿ ਦੇਉਂਗਾ ਕਿ ਐਕਸਕਲੂਸਿਵ ਰਾਈਟ ਉਹਨਾਂ ਦੇ ਹੁਣ ਕਿਦਾ ਚਾਲੂ ਹੋਗਾ ਸੋ ਪਹਿਲਾਂ ਇਹ ਤਾਂ ਦੇਖ ਲਓ ਬਈ ਐਕਸਕਲੂਸਿਵ ਰਾਈਟ ਉਹਦੇ ਹੈ ਕੀ ਜਿੰਨੇ ਵੀ ਮੀਡੀਆ ਦੇ ਵਿੱਚ ਜਿੰਨਿਆਂ ਨਾਲ ਵੀ ਐਗਰੀਮੈਂਟ ਹੁੰਦੇ ਆ ਉਹ ਸਾਰੇ ਕਿਸੇ ਨੂੰ ਫਿਰ ਉਹ ਗਾਹਾਂ ਲਿੰਕ ਦਿੰਦੇ ਆ ਐਕਸਕਲੂਸਿਵ ਰਾਈਟ ਉਹਦੇ ਕੋਲ ਹੀ ਇਕੱਲਾ ਰਹਿ ਜਾਂਦਾ ਜਿਹਨੇ ਐਗਰੀਮੈਂਟ ਕੀਤਾ ਆ ਹੁੰਦਾ ਸੋ ਇਸ ਕਰਕੇ ਮੈਂ ਸਮੁੱਚੀ ਸਿੱਖ ਸੰਗਤ ਨੂੰ ਵੀ ਬੇਨਤੀ ਕਰਨੀ ਚਾਹਣਾ ਤੁਸੀਂ ਤਸਦੀਕ ਵੀ ਕਰ ਲਓ ਆਪਣੀ ਮੀਡੀਏ ਤੋਂ ਇਹ ਕੇਵਲਾਂ ਦੇ ਜਾਂ ਡਿਸ਼ ਦੇ ਸਿਰਫ ਕਨੈਕਸ਼ਨ ਲਏ ਜਾਂਦੇ ਆ ਪੈਸਾ ਕੋਈ ਚਾਰਜ ਨਹੀਂ ਕੀਤਾ ਜਾਂਦਾ ਇਸ ਕਰਕੇ ਹੁਣ ਗਾਹਾਂ 23 ਤੱਕ ਹੈਗਾ ਸਮਝੌਤਾ ਜਲਾਈ ਤੱਕ ਸਾਡਾ ਇਹਨਾਂ ਦਾ ਪੀਟੀਸੀ ਦੇ ਨਾਲ ਪਹਿਲਾ ਵੀ ਆ ਜਿਹੜਾ ਤੁਹਾਨੂੰ ਦਿੱਤਾ ਸਾਰਾ ਪੁਰਾਣਾ 베ਰਵਾ ਇਹਦਾ ਕਈ ਟੈਲੀਵਿਜ਼ਨ ਵਾਲੇ ਸਾਡਾ ਜੇ ਉਦੋਂ ਸ਼ੁਰੂਆਤ ਕੀਤੀ ਤੇ ਉਹ siree ਨਹੀਂ ਛਡਾ ਸਕੇ ਸੋ ਹੁਣ ਜਿਹੜੇ ਉਹ ਚ ਫਾਲ ਕਰਨ ਉਹ ਵੀ ਆ ਜਾਣ ਇੱਕ ਮਿੰਟ ਮੈਂ ਕਿਸੇ ਨੂੰ ਕਟਾਕਸ਼ ਨਹੀਂ ਕਰਦਾ ਪਰ ਮੈਂ ਦੇਖਦਾ ਇੱਕ ਦੋ ਟੈਲੀਵਿਜ਼ਨ ਵਾਲੀ ਦੀ ਆਤ ਬਣ ਗਈ ਆ ਕਿ ਹਰ ਇੱਕ ਪੱਖ ਸਿੱਖ ਵਿਰੋਧੀ ਉਹਨੂੰ ਚੰਗੀ ਤਰ੍ਹਾਂ ਨੰਗੇ ਤੌਰ ਤੇ ਨਸ਼ਰ ਕਰਨਾ ਭਰਾਵੋ ਮੈਂ ਬੇਨਤੀ ਕਰਨੀ ਚਾਹੁੰਨਾ ਤੁਸੀਂ ਪੰਜਾਬ ਦੀ ਧਰਤੀ ਤੇ বাসਦੇ ਆਂ ਤੁਸੀਂ ਘੜਤਣ ਵਾਲੀਆਂ ਗੱਲਾਂ ਨਾ ਕਰਿਆ ਕਰੋ ਇਹ ਜਿਹੜੀ ਗੁਰੂਆਂ ਦੀ ਧਰਤੀ ਆ ਇਸ ਗੁਰੂ ਸਿਧਾਂ ਦੇ ਉੱਤੇ ਕਿਤੇ ਆ ਕੇ ਇੱਥੇ ਆਪਣਾ ਦੇਖਿਆ ਵੀ ਕਰੋ ਸੱਚਖੰਡ ਚ ਚਲ ਜਾਓ ਦੁਖ ਨਿਵਾਰਨ ਚਲ ਜਾਓ ਆਲਮਗੀਰ ਚਲ ਜਾਓ ਚਾਹੇ ਆਮ੍ਰਿਤਸਰ ਚਲ ਜਾਓ ਆਪਣੇ ਚਾਹੇ ਪਠਾ ਸਾਹਿਬ ਚਲ ਜਾਓ ਤਖਤ ਕੇਸਗੜ ਤੇ ਚਲ ਜਾਓ ਦਮਦਮਾ ਸਾਹਿਬ ਚਲ ਜਾਓ ਸਿੱਖ ਦਾ ਚਾਰ ਬਾਰੀ ਅਰਦਾਸ ਕਰੇ 10 ਬਾਰੀ ਕਰੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਅਸੀਂ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਆ ਪਿੱਛੇ মিডিਆ ਦੇ ਵਿੱਚ ਉਹ ਗੱਲਾਂ ਦੇ ਉੱਤੇ ਨੇ ਰੰਗ ਲਾਇਆ ਸੀ ਉਹਨੂੰ ਇੰਨੀ ਹਹਾਕਾਰ ਇੱਕ ਟੀਵੀ ਨੇ ਤਾਂ ਖਾਸ ਕਰਕੇ ਮਚਾਤੀ ਵੀ ਸ਼ਾਇਦ ਪੰਜਾਬ ਦੇ ਵਿੱਚ ਪਹੁੰਚਾਲ ਆ ਗਿਆ ਸੋ ਇਹਨਾਂ ਗੱਲਾਂ ਦਾ ਸਾਡੇ ਮਨ 'ਚ ਵੀ ਗਰੋਧ ਆਉਂਦਾ ਪਰ ਆਪਾਂ ਇੱਕ ਹਰ ਇੱਕ ਦੀ ਰਾਮਕਾਰ ਹੁੰਦੀ ਜਿਹਨੂੰ ਆਪਾਂ ਕਹਿੰਦੇ ਨੇ ਲਿਮਿਟੇਸ਼ਨ ਉਹ ਲਿਮਿਟੇਸ਼ਨ ਦੇ ਵਿੱਚ ਰਹਿ ਕੇ ਸਾਰੇ ਕਾਰਜ ਕਰਨੇ ਚਾਹੀਦੇ ਆ ਸੋ ਮੈਂ ਸਾਰਿਆਂ ਨੂੰ ਸਮੁੱਚੇ ਤੌਰ ਤੇ ਜਿੰਨੇ ਵੀ ਮਾਈ ਪਾਈ ਆ ਹੁਣ ਕਨੇਡਾ ਅਮਰੀਕਾ ਵਾਲੇ ਆ ਉਹ ਸਾਰੇ ਦਾ ਧੰਨਵਾਦ ਕਰਦੇ ਆ ਪਈ ਚਾਹੇ ਪੀਟੀਸੀ ਦਿੰਦਾ ਚਾਹੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਿੰਦੀ ਆ ਪੰਜਾਬ ਦਾ ਕੁ ਰੱਖਦੇ ਆ ਪੰਜਾਬ ਤੋਂ ਗਾਂ ਉਹਦਾ ਕੋਨੇ-ਕੋਨੇ ਦੇ ਵਿੱਚ ਸਾਰਾ ਜਾਂਦਾ ਤੇ ਉਹ ਧੰਨਵਾਦ ਕਰਦੇ ਆ ਤੇ ਜੇ ਆ ਪਿੱਛੇ ਐਕਸਕਲੂਸਿਵ ਰਾਈਟ ਛੱਡ ਕੇ ਇਹਨਾਂ ਨੂੰ ਲਿੰਕ ਦੇਣੇ ਸ਼ੁਰੂ ਕਰਤੇ ਫੇਰ ਮੈਨੂੰ ਡਿਲੀਵਰੀ ਟੈਲੀਫੋਨ ਸ਼ੁਰੂ ਹੋ ਗਏ ਪਈ ਇਹ ਐਡਾਂ ਕਿਉਂ ਕਬੇ ਚਲਾਉਣੇ ਹੁਣ ਇਹ ਕੋਈ ਬੰਦਾ ਇਹ ਥੋੜਾ ਸੋਚਦਾ ਭਈ ਜਿਹਨੂੰ ਐਕਸਕਲੂਸਿਵ ਰਾਈਟ ਵਾਲੇ ਨੇ ਗਾਂ ਲਿੰਕ ਦਿੱਤਾ ਤੇ ਉਹ ਆਪਣੀ ਮਰਜ਼ੀ ਨਾਲ ਚਲਾਉਂਦਾ ਤੇ ਵਿੱਚ ਐਡ ਪਾ ਲਿੰਦਾ ਸੋ ਇਸ ਕਰਕੇ ਗਮਰਾਹ ਨਾ ਕਰੋ ਆਪਣੀ ਸਿਹਤ ਨੂੰ ਰੱਖੋ ਜੇ ਦੇਖਣਾ ਆ ਤਾਂ ਮੇਰੇ ਨਾਲ ਹੁਣੇ ਆ ਜਾਓ ਆ ਚੁਗਿਰਦੇ ਦੀਆਂ ਅਸੀਂ ਫੋਟੋ ਲੱਗੇ ਪਾਉਣ ਤੁਹਾਡੇ ਉਹ ਵੀ ਟਵਿੱਟਰ ਦੇ ਵਿੱਚ ਆਉਣਗੀਆਂ ਪਤਾ ਲੱਗ ਜਾਊਗਾ ਵੀ ਕਿੰਨਾ ਕੁ ਯੋਗਦਾਨ ਹੈ ਆ ਸਾਡੇ ਦਾ ਅੱਜ ਇੰਗਲੈਂਡ ਵਾਲਿਆਂ ਨੇ ਇੱਕ LCD ਇਨਫੋਰਮੇਸ਼ਨ ਲਈ ਲਾਤੀ ਆ ਤੇ ਤੁਹਾਡੀਆਂ ਜਿਹੜੀਆਂ ਸਾਡੇ ਗੁਰਦੁਆਰਾ ਰਾਮਸਰ ਵਿਖੇ ਆਪਣੇ ਗੁਰਦੁਆਰਾ ਸਾਰਾ ਗੜੀ ਵਿਖੇ ਲੱਗੀਆਂ ਸੀ ਉਹਨਾਂ ਦੇ ਤੁਸੀਂ ਐਡਾ ਸ਼ੁਰੂ ਕਰ ਦਿੱਤੀਆਂ ਜੇ ਸੇਖੋਂ ਤੋਂ ਉੱਤਰਦਾ ਸੀ ਉਹਨੂੰ ਗਰਵਾਣੀ ਕੰਨ ਚ ਪੈਂਦੀ ਸੀ ਉੱਥੇ ਹਾਲ ਕੀ ਆ ਪੇਪਚੇ ਫੋਟੋਗ੍ਰਾਫਰਾਂ ਨੇ 10.5 ਹਜ਼ਾਰ ਹਾਲੂ ਕੋਟ ਦਿੱਤੇ ਕੋਈ ਉੱਥੇ ਜਾ ਕੇ মিডিਆ ਜਿਹੜਾ ਆਪਣੇ ਆ ਤੁਹਾਡੇ ਟਰਾਂਸਪੋਰਟੇਸ਼ਨ ਵਾਲੇ ਆ ਉਹ ਗਮਰਾਹ ਕਰੀ ਜਾਂਦੇ ਆ ਤੇ ਤੁਸੀਂ ਦਾ ਲਾ ਐਂਡ ਆਰਡਰ ਵਾਲੀ ਜਿਹੜੀ ਸਿਚੁਏਸ਼ਨ ਇਸ ਦਰਬਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਆ ਉਹਦੇ ਵੀ ਨੁਕਸਾਨ ਕਰੀ ਜਾਂਦੇ ਆ ਤੇ ਦੂਏ ਪਾਸੇ ਲੋਕਾਂ ਨੂੰ ਭਲੇਕੇ ਪਾ ਰਹੇ ਆ ਭਲੇਕੇ ਨਾ ਪਾਓ ਹੁਣ ਆਉਂਦੇ ਸਮੇਂ ਦੇ ਵਿੱਚ ਪਤਾ ਲੱਗ ਜਾਣਾ ਜਿਹੜਾ ਵੀ ਟੈਲੀਵਿਜ਼ਨ ਵਾਲਾ ਸਾਨੂੰ ਦਊਗਾ ਬਿਡ ਇਥੇ ਅਸੀਂ ਓਪਨ ਦੇਾਂਗੇ ਟੈਂਡਰ ਪੰਜ ਮੈਂਬਰੀ ਕਮੇਟੀ ਉਹ ਸਾਰੇ ਰੂਲਸ ਘੜ ਰਹੀ ਆ ਤੇ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਭਈ ਜਿਹੜੇ ਕੋ ਸਿੱਖ ਬੈਠੇ ਦੂਰ ਉਦੇਸ਼ ਵਿਦੇਸ਼ ਚ ਜਾਂ ਇੱਥੇ ਵੀ ਉਹ ਆਪਣਾ ਸੁਝਾਅ ਵੀ ਭੇਜ ਦੇਣ ਸੁਝਾਅ ਇਸ ਕਰਕੇ ਨਹੀਂ ਸੁਝਾਅ ਇਸ ਕਰਕੇ ਭੇਜ ਦੇਣ ਭਈ ਉਹਨਾਂ ਨੂੰ ਕਿਹੜੀ ਗੱਲ ਚੰਗੀ ਲੱਗਦੀ ਆ ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਸਿਸਟਮ ਇੱਕ ਕਾਨੂੰਨ ਦੇ ਆਧਾਰ 'ਤੇ ਚੱਲਦਾ ਇੱਥੇ ਪਾਣੀ ਪੁੰਨ ਕੇ ਜਾਂਦਾ ਤੇ ਜਿਹੜਾ ਹੁਣ ਤੁਸੀਂ ਹੇਮਕੁੰਡ ਸਾਹਿਬ ਆ ਤੁਹਾਡਾ ਟਰੱਸਟ ਆ ਆ ਹੁਣ ਯਾਤਰਾ ਸ਼ੁਰੂ ਹੋ ਗਈ ਨਾ ਉਹ ਪੁੱਛੋ ਵੀ ਕਿੰਨੇ ਪੈਸੇ ਦਿੰਦੇ ਆ ਟੈਲੀਕਾਸਟ ਕਰਨ ਲਈ ਉਹ ਟੈਲੀਕਾਸਟ ਕਰਨ ਲਈ ਸਮਾਂ ਟੈਲੀਕਾਸਟ ਕਰਨ ਵਾਲੀਆਂ ਕੰਪਨੀਆਂ ਨੂੰ ਪੈਸੇ ਦਿੰਦੇ ਆ ਜੇ ਪਟਨਾ ਸਾਹਿਬ ਵਾਲਾ ਗੱਲ ਕਰ ਲਓ ਉਹ ਵੀ ਟੈਲੀਕਾਸਟ ਕਰਨ ਲਈ ਪੈਸੇ ਦਿੰਦੇ ਆ ਤੇ ਜੇ ਆਪਾਂ ਦਿੱਲੀ ਵਾਲਿਆਂ ਦੀ ਗੱਲ ਕਰ ਲਈਏ ਉਹ ਵੀ ਟੈਲੀਕਾਸਟ ਕਰਨ ਲਈ ਪੈਸੇ ਦਿੰਦੇ ਅਸੀਂ ਤਾਂ ਪੈਸੇ ਲੈਨੇ ਪੈਸੇ ਲੈ ਕੇ ਅਸੀਂ ਕੋਈ ਫਾਇਦਾ ਨਹੀਂ ਕਰਦੇ ਸੰਗਤਾਂ ਦਾ ਨੁਕਸਾਨ ਨਹੀਂ ਕਰਦੇ ਵੀ ਅਸੀਂ ਪੈਸੇ ਲੈ ਕੇ ਸੰਗਤਾਂ ਨੂੰ ਘਰਵਾਨੀ ਵੇਚੀਏ ਘਰਵਾਨੀ ਨਹੀਂ ਕੋਈ ਵੇਚ ਸਕਦਾ ਇਹ ਸਤਗੁਰੂ ਜੀ ਦਾ ਪਵਿੱਤਰ ਸੰਧਾਤ ਆ ਗਰਵਾਣੀ ਦਾ ਗਾਇਨ ਕਰਕੇ ਇਹਦਾ ਫਲ ਲਿਆ ਜਾ ਸਕਦਾ ਪਹਿਲਾਂ ਤਾਂ ਲਬਜ ਬੰਦ ਕਰੋ ਇਹ ਕਹਿਣਾ ਇਹ ਬੇ ਵੇਚਣ ਦੀ ਬੇਚਦੇ ਆ ਗਰਵਾਣੀ ਨੂੰ ਕੋ ਬੇਚ ਸਕਦਾ ਇਹਦਾ ਧੁਰ ਕੀ ਬਾਣੀ ਆ ਇਹ ਤਾਂ ਤੋਹੀਨ ਆ ਇਹ ਮੈਂ ਸਮਝਦਾ ਜਿਹੜੇ ਲਬਜ ਵਰਤਦੇ ਆ ਬੇ ਗਰਵਾਣੀ ਨੂੰ ਬੇਚਦੇ ਆ ਇਹਨਾਂ ਨੂੰ ਵੀ ਸਾਧਨ ਸਾਵਧਾਨ ਕਰਦਾ ਬੇ ਇਹੋ ਜਿਹੇ ਲਬਜ ਨਾ ਵਰਤਿਆ ਕਰੋ ਕਿਉਂਕਿ ਗਰਵਾਣੀ ਪਵਿੱਤਰ ਸਤਗੁਰੂ ਜੀ ਦੀ ਇਹ ਤਾਂ ਮਨੁੱਖ ਨੂੰ ਲੋਕ ਤੇ ਪ੍ਰਲੋਕ ਸਹਿਲੇ ਕਰਦੀ ਆ ਅਸੀਂ ਤਾਂ ਲੋਕਾਂ ਨੂੰ ਸਹੂਲਤ ਦੇਣ ਲਈ ਬਚਨ ਬੰਦਿਆ ਅਸੀਂ ਬਚਨਬੰਦ ਰਹਾਂਗੇ ਇਹੋ ਕਹਿ ਸਕਦਾ ਲਾਬਜ ਚੰਗੇ ਜ਼ਿੰਮੇਵਾਰ ਸੱਜਣਾ ਨੂੰ ਜ਼ਿੰਮੇਵਾਰੀ ਨਾਲ ਬੋਲਣੇ ਚਾਹੀਦੇ ਆ ਨਾ ਕਿ ਕੜਤਣ ਨਾਲ ਬੋਲ ਕੇ ਅਗਲੇ ਨੂੰ ਬੰਗਾਰੀਏ ਮੈਂ ਸਮਝਦਾ ਤਾਂ ਹੈਗਾ ਪਿੱਛੇ ਓਬਜੈਕਟ ਕੀ ਆ ਕਿ ਕਿਸੇ ਨੂੰ ਪ੍ਰੋਵੋਕ ਕਰਨਾ ਹੋਵੇ ਨਾ ਤਾਂ ਫਿਰ ਉਹ ਇਦਾਂ ਕਰੀਦਾ ਵੀ ਹੌਲੀ ਹੌਲੀ ਉਹਨੂੰ ਸ਼ਹਿਦ ਦੇਣੀ ਆ ਅਸੀਂ ਸ਼ਹਿਹਾ ਚ ਆਉਣ ਵਾਲੇ ਨਹੀਂ ਗੁਰੂ ਦੀ ਰਾਜਾ ਚ ਰਹਿਣ ਵਾਲੀਆਂ ਸਤਗੁਰੂ ਜੀ ਕਿਰਪਾ ਕਰਨ ਸਾਰੀ ਕੌਮ ਨੂੰ ਸਾਨੂੰ ਸਾਰਿਆਂ ਨੂੰ ਏਕੇ ਦਾ ਬਲ ਬਖਸ਼ਿਸ਼ ਕਰੇ ਪਰ ਮੈਂ ਇੱਕ ਜ਼ਰੂਰ ਅੰਤ ਦੇ ਵਿੱਚ ਬੇਨਤੀ ਕਰੂੰਗਾ ਦੇ ਸੰਸਥਾਵਾਂ ਨੂੰ ਖੋਰਾ ਲਾਉਣ ਦਾ ਯਤਨ ਇੱਕ ਸੁਰਤਾ ਨਾਲ ਪੰਜਾਬ ਦੀਆਂ ਵੀ ਤੇ ਦੇਸ਼ ਦੀਆਂ ਵੀ ਜਿਹੜੀਆਂ ਜਥੇਬੰਦੀਆਂ ਆ ਉਹਨੇ ਹੀਹਾ ਕਰਕੇ ਸ਼ੁਰੂ ਕਰ ਦਿੱਤਾ ਪਰ ਗੁਰੂ ਸਾਹਿਬ ਦਾ ਇਹ ਪੰਥ ਆ ਗੁਰੂ ਸਾਹਿਬ ਦਾ ਗ੍ਰੰਥ ਆ ਇਹ ਹੀਹੇ ਦੇ ਵਿੱਚ ਉਹ ਨਹੀਂ ਕਾਮਯਾਬ ਨਹੀਂ ਹੋਣਾ ਕਿਉਂਕਿ ਮਨ ਦੀ ਭਾਵਨਾ ਆ ਮਨ ਦੀ ਭਾਵਨਾ ਨੂੰ ਠੀਕ ਰੱਖੋਗੇ ਤੇ ਫੇ ਸਾਰੇ ਕਾਰਜ ਠੀਕ ਹੁੰਦੇ ਆ ਇੰਨੀ ਬੇਨਤੀ ਕਰਕੇ ਖਿਮਾ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ